ਕੋਵਿਡ-19 ਨੂੰ ਵੇਖਦੇ ਹੋਏ ਇੱਕ ਵਾਰ ਫਿਰ ਹੈਲਥ ਮਿਨਿਸਟਰੀ ਵੱਲੋਂ ਅਲਰਟ ਦਿੱਤਾ ਗਿਆ। ਕੇਰਲ 'ਚ ਜਿਸ ਤਰ੍ਹਾਂ ਇੱਕ ਨਵੇਂ ਵੇਰੀਐਂਟ ਦਾ ਖੁਲਾਸਾ ਹੋਇਆ, ਪੁਸ਼ਟੀ ਹੋਈ ਹੈ, ਜਿਹਦੇ ਵਿੱਚ ਕਰੀਬ 150 ਦੇ ਵੀ ਇੱਕ ਨਵੇਂ ਕੇਸਿਸ ਸਾਹਮਣੇ ਆਏ ਹੈ, ਜਿਸ ਨੂੰ ਲੈ ਕੇ ਹਰ ਸਟੇਟ 'ਚ ਹਰ ਜ਼ਿਲ੍ਹੇ 'ਚ ਅਲਰਟ ਕੀਤਾ ਗਿਆ। ਕਿਸ ਤਰ੍ਹਾਂ ਦੀ ਤਿਆਰੀ ਨੇ, ਕਿਉਂਕਿ ਲਾਸਟ ਟਾਈਮ ਜਿਸ ਤਰ੍ਹਾਂ ਦੀ ਚੀਜ਼ਾਂ ਹੋਈ ਉਸ ਤੋਂ ਇਲਾਵਾ ਜੇਕਰ ਕੋਈ ਬਾਈ ਚਾਂਸ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਕੋਵਿਡ-19 'ਚ ਫੈਲਦਾ ਹੈ, ਤਾਂ ਉਹਦੀ ਤਿਆਰੀਆਂ ਕਿਸ ਤਰ੍ਹਾਂ ਦੀ? ਅਸੀਂ ਕੋਸ਼ਿਸ਼ ਕੀਤੀ ਵੱਖ ਵੱਖ ਜ਼ਿਲ੍ਹਿਆਂ ਦੀ ਹਾਲਾਤ ਜਾਣਨ ਦੀ ਕਿ ਕਿਸ ਤਰ੍ਹਾਂ ਦੀ ਤਿਆਰੀ ਨੇ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ, ਸਿਵਲ ਸਰਜਨ ਸਾਡੇ ਨਾਲ ਨੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਅਲਰਟ, ਕਿਉਂਕਿ ਕੇਰਲ 'ਚ ਇੱਕ ਨਵੀਂ ਵੇਰੀਐਂਟ ਦੀ ਪੁਸ਼ਟੀ ਹੋਈ ਹੈ, ਸਵਾਸਥ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ, ਤਿਆਰੀਆਂ ਦੀ ਅਸੀਂ ਗੱਲ ਕਰ ਲਈਏ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਤੇ ਅੱਗੇ ਨਿਜਣ ਵਾਸਤੇ? ਸਾਡੇ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਅਤੇ ਸਾਡੇ ਆਨਰੇਬਲ ਪ੍ਰਿੰਸੀਪਲ ਹੈਲਥ ਸਕੱਤਰੀ ਸਾਹਿਬ ਵੱਲੋਂ ਸਾਨੂੰ ਡਾਇਰੈਕਸ਼ਨਸ ਨੇ ਕਿ ਹਰ ਟਾਈਮ ਹਰ ਚੀਜ਼ ਲਈ ਆਪਣਾ ਜਿਹੜਾ ਹੈਗਾ ਤਿਆਰ ਰਹਿਣਾ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸਾਡੀ ਪੂਰੀ ਹਰ ਤਰ੍ਹਾਂ ਸਾਡਾ ਹੋਸਪਿਟਲ ਜਿਹੜੇ ਹੈਗੇ ਆ, ਹਰ ਡਿਜ਼ੀਜ਼ ਨੂੰ ਹੀ, ਸਿਰਫ ਕੋਵਿਡ-19 ਨਹੀਂ, ਹਰ ਡਿਜ਼ੀਜ਼ ਨੂੰ ਜਿਹੜਾ ਹੈਗਾ ਨਜਿੱਠਣ ਲਈ ਅਸੀਂ ਪ੍ਰਪੇਅਰਡ ਹਾਂ। ਜੇ ਆਪਾਂ ਗੱਲ ਕਰੀਏ ਵਾਰਡਸ ਦੀ, ਆਕਸੀਜਨ ਦੀ, ਹੋਰ ਵੀ ਜਿਹੜੇ ਇਕਵਿਪਮੈਂਟਸ ਨੇ, ਕਿਉਂਕਿ ਪਿਛਲੀ ਵਾਰੀ ਜਿਹੜੀ ਵੀ ਚੀਜ਼ਾਂ 'ਤੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਰਹੇ, ਹੁਣ ਇਸ ਵਾਰੀ ਸਾਡੇ ਕੋਲ ਜਿਹੜਾ ਹੈਗਾ ਬੈਡਸ ਦੀ ਕੋਈ ਕਮੀ ਨਹੀਂ ਹੈ, ਕੋਈ ਆਕਸੀਜਨ ਦੀ ਕਮੀ ਨਹੀਂ ਹੈ। ਸਾਡੇ ਕੋਲ ਆਕਸੀਜਨ ਕੰਸਨਟ੍ਰੇਟਰ ਵੀ ਹੈ ਅਤੇ ਸਾਡੇ ਕੋਲ ਆਕਸੀਜਨ ਸਿਲੰਡਰਸ ਵੀ ਹੈ, ਸਾਡੇ ਕੋਲ PSA ਪਲਾਂਟਸ ਵੀ ਹੈ, ਸਾਡੇ ਕੋਲ ਪੂਰੀ ਸਪਲਾਈ ਹੈ। ਤੇ ਸਰ, ਹੁਣ ਤੱਕ ਦੀ ਜੇ ਤਿਆਰੀਆਂ ਜੀ ਅਸੀਂ ਗੱਲ ਕਰੀਏ, ਡਾਕਟਰਸ ਵਗੈਰਾ ਦੀ ਵੀ ਹੈਗੀ ਕੋਈ ਟ੍ਰੇਨਿੰਗ ਵਗੈਰਾ ਜਿਹੜੀ ਹੈ ਉਹ ਕਰਾਈ ਜਾ ਰਹੀ ਹੈ? ਡਾਕਟਰ ਸਾਡੇ ਆਲਰੇਡੀ ਟ੍ਰੇਨਡ ਹੈ ਅਤੇ ਟਾਈਮ ਟੂ ਟਾਈਮ ਜਿਹੜੀ ਟ੍ਰੇਨਿੰਗਸ ਦੀ ਜਿੱਥੇ ਜ਼ਰੂਰਤ ਪੈਂਦੀ ਹੈ ਉਹ ਵੀ ਕਰਵਾਈ ਜਾ ਰਹੀ ਹੈ। ਅਤੇ ਸਰ, ਤਿਆਰੀਆਂ ਪੂਰੀ ਹੈ, ਮਤਲਬ ਅਸੀਂ ਕਹਿ ਸਕਦੇ ਹਾਂ ਸਾਡੇ ਅਸੀਂ ਪੂਰੀ ਤਰ੍ਹਾਂ ਪ੍ਰਪੇਅਰਡ ਹਾਂ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ। ਠੀਕ ਹੈ, ਅਤੇ ਬਿਲਕੁਲ, ਕਿਉਂਕਿ ਨਵੇਂ ਵੇਰੀਐਂਟ ਨੂੰ ਲੈ ਕੇ ਅਲਰਟ ਜ਼ਰੂਰ ਹੈਗਾ ਕਿ ਕਿਸੇ ਤਰ੍ਹਾਂ ਦਾ ਕੋਈ ਹੋਰ ਜਿਹੜਾ ਸੰਕਰਮਣ ਹੈ ਉਹ ਨਾ ਫੈਲੇ ਜਾਂ ਕਿਸੇ ਤਰ੍ਹਾਂ ਦੀ ਕੋਈ ਡਿਜ਼ੀਜ਼ ਨਾ ਫੈਲੇ, ਇਸ ਕਰਕੇ ਵੱਖ ਵੱਖ ਸਟੇਟ ਦੇ ਵਿੱਚ ਵੀ ਅਲਰਟ ਕੀਤਾ ਗਿਆ ਔਰ ਲਗਾਤਾਰ ਹੈਲਥ ਮਿਨਿਸਟਰੀ ਵੀ ਮੀਟਿੰਗਸ, ਵਰਚੁਅਲ ਮੀਟਿੰਗਸ ਕੀਤੀ ਜਾ ਰਹੀ ਹੈ। ਵੱਖ ਵੱਖ ਜ਼ਿਲ੍ਹਿਆਂ ਦੇ ਜਿਹੜੇ ਹੈਲਥ ਮਿਨਿਸਟਰਸ ਨੇ ਜਾਂ ਫਿਰ ਹੋਰ ਸੀਨੀਅਰ ਆਫਿਸਰਸ ਨੇ, ਉਹਨਾਂ ਦੇ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਸਾਰੀ ਤਿਆਰੀਆਂ ਪੂਰੀ ਹੈ, ਚਾਹੇ ਆਕਸੀਜਨ ਦੀ ਗੱਲ ਹੋਵੇ, ਵਾਰਡਸ ਦੀ ਗੱਲ ਹੋਵੇ, ਟ੍ਰੇਨ ਡਾਕਟਰ ਦੀ ਗੱਲ ਹੋਵੇ, ਜਿਹੜੀ ਵੀ ਪਿਛਲੇ ਦਿਨਾਂ ਜੇ ਤਿਆਰੀਆਂ ਕੀਤੀ ਗਈ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਜੇਕਰ ਕੋਈ ਰਹਿ ਗਈ ਸੀ ਤਾਂ ਉਸਨੂੰ ਵੀ ਹੋਰ ਪ੍ਰਿਪੇਅਰ ਕੀਤਾ ਗਿਆ। ਮੋਹਾਲੀ ਤੋਂ ਕੈਮਰਾਮੈਨ ਸਰਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਕੋਵਿਡ-19 ਨੂੰ ਵੇਖਦੇ ਹੋਏ ਇੱਕ ਵਾਰ ਫਿਰ ਹੈਲਥ ਮਿਨਿਸਟਰੀ ਵੱਲੋਂ ਅਲਰਟ ਦਿੱਤਾ ਗਿਆ। ਕੇਰਲ 'ਚ ਜਿਸ ਤਰ੍ਹਾਂ ਇੱਕ ਨਵੇਂ ਵੇਰੀਐਂਟ ਦਾ ਖੁਲਾਸਾ ਹੋਇਆ, ਪੁਸ਼ਟੀ ਹੋਈ ਹੈ, ਜਿਹਦੇ ਵਿੱਚ ਕਰੀਬ 150 ਦੇ ਵੀ ਇੱਕ ਨਵੇਂ ਕੇਸਿਸ ਸਾਹਮਣੇ ਆਏ ਹੈ, ਜਿਸ ਨੂੰ ਲੈ ਕੇ ਹਰ ਸਟੇਟ 'ਚ ਹਰ ਜ਼ਿਲ੍ਹੇ 'ਚ ਅਲਰਟ ਕੀਤਾ ਗਿਆ। ਕਿਸ ਤਰ੍ਹਾਂ ਦੀ ਤਿਆਰੀ ਨੇ, ਕਿਉਂਕਿ ਲਾਸਟ ਟਾਈਮ ਜਿਸ ਤਰ੍ਹਾਂ ਦੀ ਚੀਜ਼ਾਂ ਹੋਈ ਉਸ ਤੋਂ ਇਲਾਵਾ ਜੇਕਰ ਕੋਈ ਬਾਈ ਚਾਂਸ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਕੋਵਿਡ-19 'ਚ ਫੈਲਦਾ ਹੈ, ਤਾਂ ਉਹਦੀ ਤਿਆਰੀਆਂ ਕਿਸ ਤਰ੍ਹਾਂ ਦੀ? ਅਸੀਂ ਕੋਸ਼ਿਸ਼ ਕੀਤੀ ਵੱਖ ਵੱਖ ਜ਼ਿਲ੍ਹਿਆਂ ਦੀ ਹਾਲਾਤ ਜਾਣਨ ਦੀ ਕਿ ਕਿਸ ਤਰ੍ਹਾਂ ਦੀ ਤਿਆਰੀ ਨੇ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ, ਸਿਵਲ ਸਰਜਨ ਸਾਡੇ ਨਾਲ ਨੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਅਲਰਟ, ਕਿਉਂਕਿ ਕੇਰਲ 'ਚ ਇੱਕ ਨਵੀਂ ਵੇਰੀਐਂਟ ਦੀ ਪੁਸ਼ਟੀ ਹੋਈ ਹੈ, ਸਵਾਸਥ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ, ਤਿਆਰੀਆਂ ਦੀ ਅਸੀਂ ਗੱਲ ਕਰ ਲਈਏ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਤੇ ਅੱਗੇ ਨਿਜਣ ਵਾਸਤੇ? ਸਾਡੇ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਅਤੇ ਸਾਡੇ ਆਨਰੇਬਲ ਪ੍ਰਿੰਸੀਪਲ ਹੈਲਥ ਸਕੱਤਰੀ ਸਾਹਿਬ ਵੱਲੋਂ ਸਾਨੂੰ ਡਾਇਰੈਕਸ਼ਨਸ ਨੇ ਕਿ ਹਰ ਟਾਈਮ ਹਰ ਚੀਜ਼ ਲਈ ਆਪਣਾ ਜਿਹੜਾ ਹੈਗਾ ਤਿਆਰ ਰਹਿਣਾ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸਾਡੀ ਪੂਰੀ ਹਰ ਤਰ੍ਹਾਂ ਸਾਡਾ ਹੋਸਪਿਟਲ ਜਿਹੜੇ ਹੈਗੇ ਆ, ਹਰ ਡਿਜ਼ੀਜ਼ ਨੂੰ ਹੀ, ਸਿਰਫ ਕੋਵਿਡ-19 ਨਹੀਂ, ਹਰ ਡਿਜ਼ੀਜ਼ ਨੂੰ ਜਿਹੜਾ ਹੈਗਾ ਨਜਿੱਠਣ ਲਈ ਅਸੀਂ ਪ੍ਰਪੇਅਰਡ ਹਾਂ। ਜੇ ਆਪਾਂ ਗੱਲ ਕਰੀਏ ਵਾਰਡਸ ਦੀ, ਆਕਸੀਜਨ ਦੀ, ਹੋਰ ਵੀ ਜਿਹੜੇ ਇਕਵਿਪਮੈਂਟਸ ਨੇ, ਕਿਉਂਕਿ ਪਿਛਲੀ ਵਾਰੀ ਜਿਹੜੀ ਵੀ ਚੀਜ਼ਾਂ 'ਤੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਰਹੇ, ਹੁਣ ਇਸ ਵਾਰੀ ਸਾਡੇ ਕੋਲ ਜਿਹੜਾ ਹੈਗਾ ਬੈਡਸ ਦੀ ਕੋਈ ਕਮੀ ਨਹੀਂ ਹੈ, ਕੋਈ ਆਕਸੀਜਨ ਦੀ ਕਮੀ ਨਹੀਂ ਹੈ।
ਸਾਡੇ ਕੋਲ ਆਕਸੀਜਨ ਕੰਸਨਟ੍ਰੇਟਰ ਵੀ ਹੈ ਅਤੇ ਸਾਡੇ ਕੋਲ ਆਕਸੀਜਨ ਸਿਲੰਡਰਸ ਵੀ ਹੈ, ਸਾਡੇ ਕੋਲ PSA ਪਲਾਂਟਸ ਵੀ ਹੈ, ਸਾਡੇ ਕੋਲ ਪੂਰੀ ਸਪਲਾਈ ਹੈ ਜੀ। ਅਤੇ ਸਰ ਹੁਣ ਤੱਕ ਦੀ ਜੇ ਤਿਆਰੀਆਂ ਜੀ ਅਸੀਂ ਗੱਲ ਕਰੀਏ, ਡਾਕਟਰਸ ਵਗੈਰਾ ਦੀ ਵੀ ਹੈਗੀ ਕੋਈ ਟ੍ਰੇਨਿੰਗ ਵਗੈਰਾ ਜਿਹੜੀ ਹੈ ਉਹ ਕਰਾਈ ਜਾ ਰਹੀ ਹੈ? ਡਾਕਟਰ ਸਾਡੇ ਆਲਰੇਡੀ ਟ੍ਰੇਨਡ ਹੈ ਅਤੇ ਟਾਈਮ ਟੂ ਟਾਈਮ ਜਿਹੜੀ ਟ੍ਰੇਨਿੰਗਸ ਦੀ ਜਿੱਥੇ ਜ਼ਰੂਰਤ ਪੈਂਦੀ ਹੈ ਉਹ ਵੀ ਕਰਵਾਈ ਜਾ ਰਹੀ ਹੈ। ਅਤੇ ਸਰ ਤਿਆਰੀਆਂ ਪੂਰੀ ਹੈ, ਮਤਲਬ ਅਸੀਂ ਕਹਿ ਸਕਦੇ ਹਾਂ ਸਾਡੇ ਅਸੀਂ ਪੂਰੀ ਤਰ੍ਹਾਂ ਪ੍ਰਪੇਅਰਡ ਹਾਂ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ। ਠੀਕ ਹੈ, ਅਤੇ ਬਿਲਕੁਲ, ਕਿਉਂਕਿ ਨਵੇਂ ਵੇਰੀਐਂਟ ਨੂੰ ਲੈ ਕੇ ਅਲਰਟ ਜ਼ਰੂਰ ਹੈਗਾ ਕਿ ਕਿਸੇ ਤਰ੍ਹਾਂ ਦਾ ਕੋਈ ਹੋਰ ਜਿਹੜਾ ਸੰਕਰਮਣ ਹੈ ਉਹ ਨਾ ਫੈਲੇ ਜਾਂ ਕਿਸੇ ਤਰ੍ਹਾਂ ਦੀ ਕੋਈ ਡਿਜ਼ੀਜ਼ ਨਾ ਫੈਲੇ, ਇਸ ਕਰਕੇ ਵੱਖ ਵੱਖ ਸਟੇਟ ਦੇ ਵਿੱਚ ਵੀ ਅਲਰਟ ਕੀਤਾ ਗਿਆ ਔਰ ਲਗਾਤਾਰ ਹੈਲਥ ਮਿਨਿਸਟਰੀ ਵੀ ਮੀਟਿੰਗਸ ਵਰਚੁਅਲ ਮੀਟਿੰਗਸ ਕੀਤੀ ਜਾ ਰਹੀ ਹੈ। ਵੱਖ ਵੱਖ ਜ਼ਿਲ੍ਹਿਆਂ ਦੇ ਜਿਹੜੇ ਹੈਲਥ ਮਿਨਿਸਟਰਸ ਨੇ ਜਾਂ ਫਿਰ ਹੋਰ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਸਾਰੀ ਤਿਆਰੀਆਂ ਪੂਰੀ ਹੈ, ਚਾਹੇ ਆਕਸੀਜਨ ਦੀ ਗੱਲ ਹੋਵੇ, ਵਾਰਡਸ ਦੀ ਗੱਲ ਹੋਵੇ, ਟ੍ਰੇਨ ਡਾਕਟਰ ਦੀ ਗੱਲ ਹੋਵੇ, ਜਿਹੜੀ ਵੀ ਪਿਛਲੇ ਦਿਨਾਂ ਜੇ ਤਿਆਰੀਆਂ ਕੀਤੀ ਗਈ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਜੇਕਰ ਕੋਈ ਰਹਿ ਗਈ ਸੀ ਤਾਂ ਉਸਨੂੰ ਵੀ ਹੋਰ ਪ੍ਰਪੇਅਰ ਕੀਤਾ ਗਿਆ। ਮੋਹਾਲੀ ਤੋਂ ਕੈਮਰਾਮੈਨ ਸੰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।